ਕੀਮਤ ਜਾਣੇ ਜਾਣੇ ਆਤਮਹੱਤਿਆਵਾਂ ਹੋ ਗਈਆਂ ਕਿਸਾਨਾਂ ਦੀਆਂ 34 ਤੋਂ ਬਾਅਦ ਇੱਥੇ ਅਰਵਿੰਦ ਕੇਜਰੀਵਾਲ ਜੀ ਵੀ ਆਏ ਸੀ ਉਸ ਦਿਨ ਉਹਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਵੀ ਕੀਤਾ ਸੀ ਪੂਰਾ ਹਿਸਾਬ ਲੈਣਾ ਵੀਰੋ ਜਿਵੇਂ ਉਹਨਾਂ ਨੇ ਸਾਰੀਆਂ ਕੀਤਾ ਸੀ ਇੱਕ ਪਿੰਡ ਦੇ 34 ਕਿਸਾਨ ਆਤਮਹੱਤਿਆ ਕਰ ਜਾਣ ਤੇ ਬਾਦਲ ਸਾਹਿਬ ਰਾਸ਼ਟਰਪਤੀ ਤੋਂ ਕਿਸਾਨਾਂ ਦੇ ਮਸੀਹੇ ਦਾ ਅਵਾਰਡ ਲੈਣ ਇਹ ਗੱਲ ਨਹੀਂ ਚੱਲ ਸਕਦੀ ਇਹਨਾਂ ਦੋਨਾਂ ਚੋਂ ਇੱਕ ਚੀਜ਼ ਸਹੀ ਹੈ ਜਾਂ ਕਿਸਾਨ ਸਹੀ ਹੈ ਜਾਂ ਬਾਦਲ ਸਹੀ ਹੈ ਬਾਦਲ ਤਾਂ ਸਹੀ ਹੋ ਹੀ ਨਹੀਂ ਸਕਦਾ ਨਾ ਰਾਤ ਦੇ ਇਸ ਵੇਲੇ ਤੁਸੀਂ ਆ ਬੱਲਮ ਲਾ ਕੇ ਖੜੇ ਹੋ ਤੁਸੀਂ ਵੇਟ ਕਰ ਰਹੇ ਹੋ ਮੇਰੀ ਇੰਤਜ਼ਾਰ ਕਰ ਰਹੇ ਹੋ ਇਸ ਲਈ ਮੈਂ ਧੰਨਵਾਦ ਕਰਦਾ ਪਰ ਇਹੋ ਜਿਹੇ ਵੇਲੇ ਸੁਖਬੀਰ ਮਾਨ ਰੈਲੀ ਕਰ ਲੂ ਫੇਸਬੁੱਕ ਤੇ ਬਹੁਤ ਸਾਰੇ ਦੋਸਤ ਨੇ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਕੋਈ ਆਸਟ੍ਰੇਲੀਆ ਕੈਨੇਡਾ ਕੋਈ ਅਮਰੀਕਾ ਕੋਈ ਹਾਲੈਂਡ ਕੋਈ ਬੈਲਜੀਅਮ ਫਰਾਂਸ ਥੋੜੇ ਚਿੰਤਤ ਰਹਿੰਦੇ ਨੇ ਬਾਈ ਜੀ ਜਲਾਲਾਬਾਦ ਦੇ ਲੋਕ ਸੱਚੀ ਮੁੱਚੀ ਵੋਟਾਂ ਪਾ ਦੇਣਗੇ ਆਪਾਂ ਨੂੰ ਜਲਾ ਦੱਸ ਦਿਓ ਚਿੰਤਾ ਨਾ ਕਰੋ ਉਹ ਕਹਿੰਦੇ ਨਾ ਆਣਾ ਇੱਧਰ ਵੀ ਖਿਆਲ ਉੱਠਿਆਂ ਦੇ ਖੜੇ ਨੇ ਮਾਨਾ ਤੇਰੀ ਸੋਚ ਤੇ ਵਿੱਚ ਇੱਕ ਵੀ ਕਿਸਾਨ ਪੰਜਾਬ 'ਚ ਹਾਲੇ ਨਹੀਂ ਹੋਊਗਾ ਜਿਹਦੇ ਸਿਰ ਤੇ 1 ਰੁਪਈਆ ਵੀ ਕਰਜ਼ਾ ਹੋਊਗਾ ਸਾਰੇ ਕਰਜ਼ੇ ਮਾਫ ਕਰਕੇ ਛੋਟੇ ਲਾ ਹੋਣਾ ਕੀ ਕਹਿੰਦੇ ਹਰ ਸਿਮਰਤ ਕਾ ਅੱਛਾ ਇੱਕ ਮੈਂ ਹੋਰ ਦੱਸਦਾ ਤੁਹਾਨੂੰ ਉਹ ਬੜੀ ਜ਼ਰੂਰੀ ਇਨਫੋਰਮੇਸ਼ਨ ਹੈ ਬਹੁਤ ਜ਼ਰੂਰੀ ਹੈ ਤੀਜੇ ਨੰਬਰ ਤੇ ਬਟਣਾ ਆਪਣਾ ਤੀਜੇ ਨੰਬਰ ਤੇ ਇਸ ਵਾਰ ਫੋਟੋਆਂ ਲੱਗਣਗੀਆਂ ਮੇਰੀ ਫੋਟੋ ਵੀ ਪੀਲੀ ਪੱਗ ਵਾਲੀ ਲੱਗੀ ਹੋਊਗੀ ਤੀਜੇ ਨੰਬਰ ਤੇ ਦੇਖ ਲਿਓ ਸੁਖਬੀਰ ਮਾਨ ਦੀ ਵੀ ਲੱਗੀ ਹੋਊਗੀ ਪਰ ਉਹਨੂੰ ਦੇਖਿਆ ਨਾ ਉਹਦਾ ਕਾਲਾ ਮੋਤੀਆ ਹੋਇਆ ਥੱਲੇ ਕੀ ਕਹਿੰਦੀ ਹਰ ਸਿਮਰਤ ਕੌਰ ਅੱਧੋ ਅੱਧ ਮੇਰੇ ਅੱਧੀ ਕਿੱਕਲੀ ਮੇਰੀ ਅੱਧੀ ਤੁਹਾਡੀ ਕਿੱਕਲੀ
ਲੋਕਾਂ ਦਾ ਜਿਹੜਾ ਅੱਛਾ